26 ਜਨਵਰੀ ਗਣਤੰਤਰਤਾ ਦਿਵਸ ਦਾ ਸਮਾਗਮ ਪੂਰੇ ਦੇਸ਼ ਦੇ ਭਰ ਵਿੱਚ ਤੇ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ। ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤੇ ਗੁਰਦਾਸਪੁਰ ਦੇ ਵਿੱਚ ਵੀ 26 ਜਨਵਰੀ ਦਾ ਜਿਹੜਾ ਸਮਾਗਮ ਆ ਉਹ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਜਿਹੜੇ ਪੂਰੇ ਪ੍ਰਬੰਧ ਨੇ, ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਤੇ ਇਸ ਰੋਡ ਦੇ ਉੱਪਰ ਜਿਹੜਾ ਵਾ SSP ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਜਿਹੜੇ ਨੇ ਖੁਦ ਨਿਕਲ ਕੇ ਜਿਹੜਾ ਪੁਲਿਸ ਨੂੰ ਬਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ। ਦੱਸਿਆ ਜਾ ਰਿਹਾ ਕਿ ਜਿਹੜੇ ਡਿਪਟੀ ਸਪੀਕਰ ਹੈਗੇ ਨੇ ਉਹ ਇਸ ਜਗ੍ਹਾ ਤੇ ਝੰਡਾ ਫੇਰਾਉਣ ਦੀ ਜਿਹੜੀ ਰਸਮ ਆ ਉਹ ਅਦਾ ਕਰਨਗੇ। SSP ਗੁਰਦਾਸਪੁਰ ਸਾਡੇ ਨਾਲ ਨੇ, ਸਰ ਗੱਲ ਦੱਸ ਦਿਓ ਜੀ ਕਿਸ ਤਰ੍ਹਾਂ ਦੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਲੈ ਕੇ ਛੱਡੇ। 26 ਜਨਵਰੀ ਨੂੰ ਦੇਖਦੇ ਹੋਏ ਅਸੀਂ ਬੜੇ ਹੀ ਕੜੇ ਸੁਰੱਖਿਆ ਪ੍ਰਬੰਧ ਕੀਤੇ ਹਨ। ਜਿਹੜੇ ਵੀ ਡਿਸਟ੍ਰਿਕਟ ਦੇ ਐਂਟਰੀ ਐਗਜ਼ਿਟ ਪੁਆਇੰਟਸ ਹੈ ਉੱਥੇ ਸਿਟੀ ਸੀਲਿੰਗ ਦੇ ਨਾਕੇ ਲਾਏ ਗਏ ਹਨ ਅਤੇ ਸ਼ਹਿਰ ਦੇ ਵਿੱਚ ਵੀ ਜਿਹੜੇ ਸਾਡੇ ਪਰਮਨੈਂਟ ਨਾਕੇ ਉਹਨਾਂ ਨੂੰ ਕਾਫੀ ਐਕਟੀਵੇਟ ਕੀਤਾ ਹੋਇਆ। ਇਸ ਤੋਂ ਇਲਾਵਾ ਅਸੀਂ ਕਾਸੋ ਆਪਰੇਸ਼ਨ, ਸਰਚ ਆਪਰੇਸ਼ਨਸ ਕਾਫੀ ਚਲਾ ਰਹੇ ਹਾਂ। ਡੇਲੀ ਬੇਸਿਸ 'ਤੇ ਸਾਡੇ ਜੀਓਜ਼ ਦੇ ਪ੍ਰੋਗਰਾਮ ਕੱਢੇ ਹੋਏ ਹਨ। ਕੋਈ ਦਫ਼ਤਰ ਦੇ ਵਿੱਚ ਨਹੀਂ ਬੈਠ ਰਿਹਾ, ਹੁਣ ਫੀਲਡ ਦੇ ਵਿੱਚ ਹੀ ਮੌਜੂਦ ਹਨ ਸਾਰੇ। ਅਤੇ ਬਾਰਡਰ ਦਾ ਏਰੀਆ ਜਿਹੜਾ ਹੈਗਾ ਸਾਡਾ, ਉਹਨੂੰ ਸਪੈਸ਼ਲੀ ਅਸੀਂ ਉਹਦੇ 'ਤੇ ਫੋਕਸ ਕੀਤਾ ਹੈ। ਬਾਰਡਰ ਦੇ ਤਿੰਨੋਂ ਪੁਲਿਸ ਸਟੇਸ਼ਨਸ 'ਤੇ ਕਾਫੀ ਡਿਟੇਲਡ ਬਰੀਫਿੰਗ ਕਰਕੇ ਫੋਰਸ ਨੂੰ ਡਿਪਲੋਏ ਕੀਤਾ ਗਿਆ। ਜਿਹੜੇ ਨਾਕੇ ਸਾਡੇ ਕਾਫੀ ਦੂਰ ਦਰਾਜ ਦੇ ਏਰੀਆ ਦੇ ਵਿੱਚ ਹੈਗੇ, ਉਹਨਾਂ ਨੂੰ ਪਰਟੀਕੁਲਰਲੀ ਬਰੀਫ ਕਰਕੇ ਉਹਨਾਂ ਦੀ ਡੇ ਨਾਈਟ ਚੈਕਿੰਗ ਚੱਲ ਰਹੀ ਹੈ। ਜਿਸ ਤਰ੍ਹਾਂ ਜਿਹੜਾ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਹੈਗਾ ਉੱਥੇ ਸਮਾਗਮ ਮਨਾਇਆ ਜਾਣਾ, ਉੱਥੇ ਕਿੰਨੇ ਜਿਹੜੇ ਮੁਲਾਜ਼ਮ ਜਿਹੜੇ ਤੈਨਾਤ ਕੀਤੇ ਗਏ ਨੇ ਆਸ ਪਾਸ? 26 ਜਨਵਰੀ ਦੇ ਲਈ ਅਸੀਂ ਅਰਾਊਂਡ 650 ਤੋਂ 700 ਫੋਰਸ ਜਿਹੜੀ ਹੈ ਉਹ ਮੋਬਲਾਈਜ਼ ਕੀਤੀ ਹੈ, ਬਾਕੀ ਪਰੇਡ ਦੇ ਵਿੱਚ ਵੀ ਮੌਜੂਦ ਹਨ। ਸੋ 700 ਦੀ ਜਿੰਨੀ ਫੋਰਸ ਅਸੀਂ ਮੋਬਲਾਈਜ਼ ਕੀਤੀ ਹੈ। ਸਾਡੇ ਸਾਰੇ ਹੀ ਜੀਓਜ਼ ਜਿਹੜੇ SP ਲੈਵਲ ਤੱਕ ਸਾਰੇ ਜੀਓਜ਼ ਡਿਊਟੀ 'ਤੇ ਰਹਿਣਗੇ ਅਤੇ ਫ੍ਰਿਸਕਿੰਗ, ਚੈਕਿੰਗ ਐਂਡ ਐਂਟਰੀ ਐਗਜ਼ਿਟ ਪੁਆਇੰਟ, ਪਾਰਕਿੰਗ, ਇਹ ਸਾਰੀ ਵਿਵਸਥਾ ਨੂੰ ਦੇਖਿਆ ਜਾ ਰਿਹਾ ਔਰ ਉਹਨਾਂ ਨੂੰ ਜਿਹੜਾ ਵੀ ਉਹਦਾ ਇਕਵਿਪਮੈਂਟਸ ਹੁੰਦਾ ਉਹ ਵੀ ਅਸੀਂ ਪ੍ਰੋਵਾਈਡ ਕਰਤਾ ਹੈ। ਅਤੇ ਸਪੈਸ਼ਲੀ ਇਸ ਦੀ ਬਰੀਫਿੰਗ ਕੀਤੀ ਜਾ ਰਹੀ ਹੈ ਕਿ ਵਿਜ਼ਿਬਿਲਿਟੀ ਘੱਟ ਹੋਣ ਕਰਕੇ ਜਿਹੜੀ ਚੀਜ਼ ਦਾ ਫਾਇਦਾ ਦੁਸ਼ਮਣ ਉਠਾ ਸਕਦਾ ਉਹਨੂੰ ਅਸੀਂ ਸਪੈਸੀਫਿਕਲੀ ਵਾਚ ਕਰੇ ਅਤੇ ਜਿਹੜੇ ਵੀ ਬੰਦੇ ਬਾਹਰ ਤੋਂ ਆ ਰਹੇ ਹੈ ਜਾਂ ਕੋਈ ਅਨਨੋਨ ਵਿਅਕਤੀ ਏਰੀਆ ਦੇ ਵਿੱਚ ਨਜ਼ਰ ਆਉਂਦਾ, ਸਪੈਸ਼ਲੀ ਪਿੰਡ ਦੇ ਏਰੀਆ ਦੇ ਵਿੱਚ ਵੀ ਕਿਤੇ ਕੋਈ ਨਜ਼ਰ ਆਉਂਦਾ ਤਾਂ ਉਹਨੂੰ ਚੈੱਕ ਕੀਤਾ ਜਾ ਰਿਹਾ। ਅਤੇ ਲੋਕਾਂ ਦੇ ਵਿੱਚ ਵੀ ਅਸੀਂ ਆਪਣੇ ਸੋਰਸ ਵੀ ਲਾਏ ਹੈ ਅਤੇ ਲੋਕਾਂ ਨੂੰ ਵੀ ਅਸੀਂ ਨੰਬਰ ਸ਼ੇਅਰ ਕੀਤੇ ਹੈ। ਕਿਤੇ ਵੀ ਕੋਈ ਇਸ ਤਰ੍ਹਾਂ ਦੀ ਸ਼ੱਕੀ ਚੀਜ਼ ਨਜ਼ਰ ਆਉਂਦੀ 112 'ਤੇ ਕਾਲ ਕਰੇ, ਤੁਰੰਤ ਪੁਲਿਸ ਨੂੰ ਜਿਹੜਾ ਹੈ ਇਨਫੋਰਮ ਕੀਤਾ ਜਾਏ। ਸਮਾਗਮ ਨੂੰ ਲੈ ਕੇ ਕੋਈ ਰੂਟ ਡਿਵਰਟਿੰਗ ਕੀਤੀ ਗਈ ਹੈਗੀ ਹੈ ਜੀ? ਨਹੀਂ, ਹਰ ਰੂਟ ਡਾਇਵਰਜ਼ਨ ਜਿਹੜਾ ਹੈ ਨੋਰਮਲ ਰੂਟ ਹੀ ਚੱਲ ਰਿਹਾ ਹੈ, ਕੋਈ ਰੂਟ ਡਾਇਵਰਜ਼ਨ ਨਹੀਂ ਹੈਗਾ। ਜਿਹੜਾ VIP ਰੂਟ ਹੁੰਦਾ ਉਹ ਆਪਾਂ ਵੱਖਰਾ ਸਿਕਿਉਰਿਟੀ ਪ੍ਰੋਗਰਾਮ ਉਹਦਾ ਕੱਢ ਦਿੰਦੇ ਹਾਂ ਔਰ ਟ੍ਰੈਫਿਕ ਦੀ ਡਿਪਲੋਇਮੈਂਟ, ਟ੍ਰੈਫਿਕ ਸਮੂਥਲੀ ਚੱਲੇ ਉਹਦੇ ਲਈ ਅਸੀਂ ਡਿਪਲੋਇਮੈਂਟ ਕਰ ਰਹੇ ਹਾਂ। ਟ੍ਰੈਫਿਕ ਪੁਲਿਸ ਲਗਾਈ ਗਈ ਹੈ ਜੋ ਆਪਣੇ ਚੌਕ ਹੈ, ਨਾਕੇ ਹੈ, ਅਤੇ ਸਮੂਥਲੀ ਸਾਰਾ ਪ੍ਰੋਗਰਾਮ ਹੋ ਜਾਏ ਅਸੀਂ ਇਹ ਪੂਰੀ ਤਿਆਰੀ ਕੀਤੀ ਹੋਈ ਹੈ। ਰਾਤ ਦੇ ਸਮੇਂ ਵੀ ਕੋਈ ਸਪੈਸ਼ਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਾਂ ਕੋਈ PCR ਨੂੰ ਦੱਸਿਆ ਗਿਆ ਕਿ ਰਾਤ ਨੂੰ ਚੈਕਿੰਗ ਕਰਨੀ ਹੈ, ਕਿਹੜੇ ਪੁਆਇੰਟ ਜਿਹੜੇ ਨੇ ਉਹ ਕੀਤੇ ਹੈਗੇ? ਸਾਡੇ PCR 'ਤੇ ਹੋਲਟਿੰਗ ਪੁਆਇੰਟ ਵੀ ਹੈਗੇ, ਸ਼ਹਿਰ ਦੇ ਵਿੱਚ ਅਰਾਊਂਡ 11 ਹੋਲਟਿੰਗ ਪੁਆਇੰਟਸ ਹੈਗੇ ਅਤੇ ਰਾਤ ਦੀ ਨਾਈਟ ਡਿਊਟੀ ਅਸੀਂ 60-40 ਦੇ ਰੇਸ਼ੋ ਦੇ ਵਿੱਚ ਲਾਈ ਹੈ ਅਤੇ ਨਾਈਟ ਡਿਊਟੀ ਪਰਟੀਕੁਲਰਲੀ ਅਲਰਟ ਹੈਗੀ। ਰਾਤ ਨੂੰ ਇੱਕ GO ਜਿਹੜਾ ਹੈ ਉਹ ਸਪੈਸੀਫਿਕਲੀ ਇਹੀ ਚੈੱਕ ਕਰਦਾ ਹੈ ਕਿ ਸਾਡੀ ਸਾਰੀ ਫੋਰਸ ਜਿਹੜੀ ਉਹ ਅਲਰਟ ਹੈ, ਮੌਜੂਦ ਹਨ। ਅਤੇ ਅਰਲੀ ਮਾਰਨਿੰਗ ਵੱਖਰੇ GO ਸਾਹਿਬਾਨ ਜਿਹੜੇ ਉਹ ਜਾਂਦੇ ਹੈ ਅਤੇ ਬਾਰਡਰ 'ਤੇ ਵੀ ਅਸੀਂ ਇੱਕ ਵੱਖਰਾ GO ਲਾਇਆ ਅਤੇ ਉਹ ਰੋਟੇਸ਼ਨ ਦੇ ਵਿੱਚ ਸਾਰੀ ਥਾਂ 'ਤੇ SHOs ਐਂਡ GOs ਨਿਕਲ ਕੇ ਚੈਕਿੰਗ ਕਰ ਰਹੇ ਹਨ। ਉਹ PCR ਨੂੰ ਮੈਂ ਆਪ ਵੀ ਹੁਣ ਬਰੀਫ ਕਰਕੇ ਹਟਿਆ ਅਤੇ ਉਸ ਤੋਂ ਪਹਿਲਾਂ ਸਾਡੇ GO ਜਿਹੜੇ ਆ ਉਹ ਵੀ ਫੋਲ ਇਨ ਕਰਕੇ ਉਹਨਾਂ ਦੀ ਪ੍ਰੋਪਰ ਚੈਕਿੰਗ ਕਰਦੇ ਹਾਂ। ਤਾਂ PCR ਚਾਰੋਂ ਪਾਸੇ ਮੌਜੂਦ ਹਨ, ਰਾਤ ਦੇ ਸਮੇਂ PCR ਮੌਜੂਦ ਹੁੰਦੀ ਹੈ। ਬਿਲਕੁਲ, ਇਹ ਸਨ SSP ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਪੁਲਿਸ ਨੂੰ ਲਗਾਤਾਰ ਜਿਹੜਾ ਬਰੀਫ ਕੀਤਾ ਜਾ ਰਿਹਾ ਅਤੇ ਨਾਲ ਹੀ ਜਿਹੜਾ 26 ਜਨਵਰੀ ਦਾ ਸਮਾਗਮ ਹੋਣਾ ਹੈਗਾ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕੀਤੀਆਂ, ਕੜੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ। ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ, ਦੈਨਿਕ ਸਰਾ TV ਗੁਰਦਾਸਪੁਰ।